ਕੋਈ ਆਵੇ ਸੰਤੋ ਹਰ ਕਾ ਜਨ ਸੰਤੋ ਮੇਰਾ ਪ੍ਰੀਤਮ ਜਨ ਸੰਤੋ ਮੋਹਿ ਮਾਰਗ ਦਿਖਲਾਵੇ ਕੋਈ ਆਵੇ ਸੰਤੋ ਹਰ ਕਾ ਜਨ ਸੰਤੋ ਮੇਰਾ ਪ੍ਰੀਤਮ ਜਨ ਸੰਤੋ ਮੋਹਿ ਮਾਰਗ ਦਿਖਲਾਵੇ ਵਾਹਿਗੁਰੂ ਤੇ ਓਮ ਸੀ ਤਾਂ ਇੱਕੋ ਪਰ ਜਿਸ ਸਵਾਮੀ ਨੇ ਆਪਣੇ ਸਿੱਖ ਮੁਰਸ਼ਦ ਦੇ ਦਿੱਤੇ ਵਾਹਿਗੁਰੂ ਮੰਤਰ ਨੂੰ ਹਿੰਦੂਆਂ ਦੇ ਡਰ ਤੋਂ ਛੱਡ ਕੇ ਓਮ ਦਾ ਮੰਤਰ ਜਪਣਾ ਸ਼ੁਰੂ ਕੀਤਾ ਉਹ ਮੰਜ਼ਲ ਤੋਂ ਰਹਿ ਗਿਆ। ਇਸ ਸਵਾਮੀ ਦਾ ਮੁਰਸ਼ਦ ਉਸ ਦੇ ਗਰਾਉਂ ਦਾ ਇੱਕ ਨਿਰਮਲਾ ਸਿੱਖ ਸਾਧੂ ਸੀ। ਘਿਓ ਇਕੱਲਾ ਪੀਤਾ ਪਚਣਾ ਮੁਸ਼ਕਲ ਹੁੰਦਾ ਹੈ, ਇਹ ਦਸਤ ਲਾ ਦਿੰਦਾ ਹੈ। ਇਸ ਨਾਲ ਸ਼ਹਿਦ ਤੇ ਕਾਲੀ ਮਿਰਚ ਜੇ ਮਿਲਾ ਕੇ ਖਾਧੀ ਜਾਵੇ ਤਾਂ ਪਚ ਜਾਂਦਾ ਹੈ। ਇਸ ਵਾਸਤੇ ਵਿਦਾਂਤੀਆਂ ਦਾ ਅਹੰ ਬ੍ਰਹਮ ਕਹਿਣਾ ਕਾਫੀ ਨਹੀਂ, ਇਸ ਨਾਲ ਭਗਤੀ ਦੀ ਲੋੜ ਹੈ। ਜਿਸ ਤਰ੍ਹਾਂ ਵਿਟਾਮਿਨਸ ਖਾ ਕੇ ਆਦਮੀ ਤੰਦਰੁਸਤ ਰਹਿੰਦਾ ਹੈ, ਇਸ ਤਰ੍ਹਾਂ ਨਾਮ ਸਾਡੇ ਅੰਦਰ ਮਨ ਤੇ ਅਸਰ ਕਰਕੇ ਸਾਡੇ ਸਰੀਰ ਨੂੰ ਵੀ ਰਾਜ਼ੀ ਰੱਖਦਾ ਹੈ। ਇੱਕ ਵਾਰ ਧੋਬੀ ਦੇ ਧੋਤੇ ਕੱਪੜਿਆਂ ਵਿੱਚ ਛੂਤ ਹੋਣ ਕਰਕੇ ਮੇਰੇ ਦਦਰੀ ਹੋ ਗਈ। ਮੈਂ ਤਰਨ ਤਾਰਨ ਦੇ ਸਰੋਵਰ ਦੀ ਪਰਿਕਰਮਾ ਕਰ ਰਿਹਾ ਸਾਂ ਕਿ ਮੈਂ ਕੀ ਅਨੁਭਵ ਕੀਤਾ ਕਿ ਸਾਰਾ ਸਰੋਵਰ ਅੰਮ੍ਰਿਤ ਦਾ ਭਰਿਆ ਹੋਇਆ ਹੈ। ਮੈਂ ਉਸ ਵੇਲੇ ਕੱਪੜੇ ਲਾ ਕੇ ਇਸ਼ਨਾਨ ਕਰਨ ਲੱਗ ਪਿਆ ਤੇ ਦਦਰੀ ਤੇ ਵੀ ਅੰਮ੍ਰਿਤ ਦਾ ਛੱਟਾ ਦਿੱਤਾ। ਦੂਸਰੇ ਦਿਨ ਕੀ ਵੇਖਿਆ ਕਿ ਦਦਰੀ ਸਭ ਹਟ ਗਈ ਹੈ। ਹਉ ਮਤ ਮੰਦ ਚਰਨ ਸਰਨਾਗਤ ਕਰ ਗਏ ਲਿਹੋ ਉਭਾਰੀ। ਕਿਸੇ ਕੋਲ ਜਾ ਕੇ ਆਪਣੀ ਬਾਬਤ ਤਰਸ ਦਾ ਅਹਿਸਾਸ ਪੈਦਾ ਕਰਨਾ ਠੀਕ ਨਹੀਂ ਹੈ, ਇਹ ਘਟੀਆਪਣ ਪੈਦਾ ਕਰੇਗਾ। ਜੇ ਅਸੀਂ ਕਿਸੇ ਦੁਨੀਆਦਾਰ ਅੱਗੇ ਜਾ ਕੇ ਮੱਥਾ ਟੇਕਾਂਗੇ ਤਾਂ ਆਪਣੇ ਮਨ ਵਿੱਚ ਇਨਫੇਰੀਟੀ ਪੈਦਾ ਕਰਾਂਗੇ। ਜਦ ਅਸੀਂ ਆਪਣੇ ਆਪ ਨੂੰ ਮਤਮੰਦ ਕਹਿੰਦੇ ਹਾਂ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਹਜ਼ੂਰ ਜਾ ਕੇ ਵਾਹਿਗੁਰੂ ਜੀ ਦੇ ਅੱਗੇ ਬੇਨਤੀ ਕਰਦੇ ਹਾਂ। ਇਸ ਤਰ੍ਹਾਂ ਘਟੀਆਪਣ ਨਹੀਂ ਪੈਦਾ ਹੁੰਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕਣ ਨਾਲ ਅਸੀਂ ਉਸ ਦੇ ਪ੍ਰਭਾਵ ਹੇਠਾਂ ਆਉਂਦੇ ਹਾਂ। ਮੇਰੇ ਦਾਤਾ ਜੀ ਨੇ ਮੈਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਗੁਰਮੁਖ ਤੋਂ ਛੁੱਟ ਕਿਸੇ ਨੂੰ ਮੱਥਾ ਟੇਕਣੋਂ ਮਨਾ ਕੀਤਾ ਸੀ। ਉਹਨਾਂ ਨੇ ਕਿਹਾ ਸੀ ਜੇ ਮੱਥਾ ਟੇਕੋਗੇ ਤਾਂ ਗੁਨਾਹ ਕਰੋਗੇ। ਫਕੀਰ ਵਿੱਚ ਇਹ ਨਿਯਮ ਵਿਰੋਧਤਾ ਹੁੰਦੀ ਹੈ ਕਿ ਜੇ ਆਪਣੀ ਬਾਬਤ ਕੁਛ ਕਹੇ ਤਾਂ ਬਣਦਾ ਨਹੀਂ, ਜੇ ਨਾ ਕਹੇ ਤਾਂ ਵੀ ਠੀਕ ਨਹੀਂ। ਵਾਹਿਗੁਰੂ ਦੀ ਯਾਦ ਨਾਲ ਸਾਈਂ ਦੇ ਨਾਮ ਦੇ ਸਿਮਰਨ ਕੀਤਿਆਂ ਮਨ ਨੇ ਨਿਰਮਲ ਹੋਣਾ ਹੈ। ਜੇ ਇਸ ਸਾਫ ਕੀਤੇ ਮਨ ਵਿੱਚ ਕੋਈ ਫਕੀਰ ਆਵੜਿਆ ਜਿਸ ਦਾ ਆਪਣਾ ਮਨ ਹਾਲੇ ਨਿਰਮਲ ਨਹੀਂ ਤਾਂ ਲਾਭ ਕੀ ਹੋਇਆ। ਜਿਸ ਵਾਹਿਗੁਰੂ ਦੇ ਨਾਮ ਦੇ ਸਿਮਰਨ ਨਾਲ ਮਨ ਨਿਰਮਲ ਹੋਇਆ ਹੈ, ਮਨ ਵਿੱਚ ਉਹ ਵਸੇ ਤਾਂ ਚੰਗੀ ਗੱਲ ਹੈ। ਪਾਗਲ ਤੇ ਵਿਕਸਿਤ ਬੁੱਧੀ ਪੁਰਸ਼ ਇਹਨਾਂ ਦੇ ਦਿਮਾਗ ਵਿੱਚ ਬਹੁਤ ਥੋੜਾ ਫਰਕ ਹੁੰਦਾ ਹੈ। ਇਸ ਤਰ੍ਹਾਂ ਪਰਮਾਰਥ ਵਿੱਚ ਵੀ ਕਈ ਗੱਲਾਂ ਵਿੱਚ ਥੋੜੇ ਜਿਹੇ ਫਰਕ ਹੁੰਦੇ ਹਨ ਪਰ ਹਰਜ ਬੜਾ ਹੋ ਜਾਂਦਾ ਹੈ। ਅਸਾਂ ਵਾਹਿਗੁਰੂ ਅੱਗੇ ਝੁਕਣਾ ਹੈ, ਹੋਰਨਾਂ ਦੇ ਤਰਸ ਦੇ ਪਾਤਰ ਨਹੀਂ ਬਣਨਾ। ਇਹ ਗੱਲ ਮੈਂ ਅੱਗੇ ਵੀ ਆਪ ਨੂੰ ਸੁਣਾਈ ਸੀ
ਕਿ ਇੱਕ ਕਥਾ ਹੈ ਕਿ ਸਤਿਗੁਰੂ ਨਾਨਕ ਦੇਵ ਜੀ ਨੇ ਜਦ ਪਹਿਲਾਂ ਪਹਿਲਾਂ ਨਾਮ ਦਾਨ ਦੇਣ ਤੇ ਉਪਦੇਸ਼ ਕਰਨਾ ਸ਼ੁਰੂ ਕੀਤਾ ਤਾਂ ਉਹਨਾਂ ਕੋਲ ਇੱਕ ਪੁਰਸ਼ ਆਇਆ। ਉਸਨੇ ਗੁਰੂ ਜੀ ਦੀ ਸਿੱਖੀ ਪ੍ਰਵਾਨ ਕੀਤੀ ਤੇ ਗੁਰਮਤਿ ਦੀ ਘਾਲ ਕਰਨ ਲੱਗ ਪਿਆ। ਹਾਲੇ ਥੋੜਾ ਚਿਰ ਹੋਇਆ ਸੀ ਸਿੱਖੀ ਵਿੱਚ ਪ੍ਰਵੇਸ਼ ਕੀਤਿਆਂ ਕਿ ਪ੍ਰਲੋਕ ਗਾਮੀ ਹੋ ਗਿਆ। ਸਿੱਖੀ ਪ੍ਰਾਪਤ ਹੋਣ ਤੋਂ ਪਹਿਲਾਂ ਉਸਨੇ ਕੁਝ ਪਾਪ ਕਰਮ ਕੀਤੇ ਹੋਏ ਸਨ ਜਿਨ੍ਹਾਂ ਕਰਕੇ ਉਸ ਨੂੰ ਯਮ ਰਾਜ ਦੇ ਪੇਸ਼ ਹੋਣਾ ਪਿਆ ਤੇ ਉਸਨੇ ਉਸ ਨੂੰ ਪਹਿਲੇ ਕਰਮ ਭੁਗਤਾਉਣ ਹਿੱਤ ਨਰਕ ਵਿੱਚ ਭੇਜ ਦਿੱਤਾ। ਇਹ ਸਿੱਖ ਜਦ ਨਰਕ ਵਿੱਚ ਪੁੱਜਾ ਉੱਥੇ ਬਾਰਿਸ਼ ਸ਼ੁਰੂ ਹੋ ਗਈ, ਬੰਦ ਹੀ ਨਾ ਹੋਵੇ। ਜਮਗਣ ਘਬਰਾਏ ਤੇ ਨੱਠੇ ਨੱਠੇ ਧਰਮਰਾਜ ਪਾਸ ਆਏ। ਆ ਕੇ ਕੀ ਦੇਖਦੇ ਹਨ ਕਿ ਪਰਮੇਸ਼ਰ ਆਪ ਤਖ਼ਤ ਤੇ ਬੈਠਾ ਹੈ ਤੇ ਉੱਤੋਂ ਬਾਰਿਸ਼ ਹੋ ਰਹੀ ਹੈ। ਪਰਮੇਸ਼ਰ ਨੇ ਧਰਮਰਾਏ ਨੂੰ ਹੁਕਮ ਦਿੱਤਾ ਕਿ ਉਸ ਸਿੱਖ ਨੂੰ ਨਰਕ ਵਿੱਚੋਂ ਕੱਢ ਕੇ ਝਬਦੇ ਹੀ ਸੁਰਗ ਵਿੱਚ ਲੈ ਜਾਓ। ਸਤਿਗੁਰੂ ਨਾਨਕ ਨੇ ਲੋਕਾਂ ਦੇ ਦੁੱਖਾਂ ਤੇ ਤਰਸ ਖਾ ਕੇ ਦੁਨੀਆਂ ਵਿੱਚ ਜਾ ਕੇ ਹੁਣ ਮੇਰੀ ਸੀਕ੍ਰੇਟ ਭੇਤ ਦੀ ਗੱਲ ਆਪਣੇ ਸਿੱਖਾਂ ਨੂੰ ਦੱਸ ਦਿੱਤੀ। ਉਹ ਇਹ ਕਿ ਜਿਹੜੇ ਮੇਰਾ ਨਾਮ ਜਪਦੇ ਹਨ ਮੈਂ ਉਹਨਾਂ ਦੇ ਹਿਰਦੇ ਵਿੱਚ ਬੈਠਾ ਹੁੰਦਾ ਹਾਂ। ਤੁਸੀਂ ਇਸ ਸਿੱਖ ਨੂੰ ਨਰਕ ਵਿੱਚ ਭੇਜਿਆ ਹੈ, ਇਹ ਮੇਰਾ ਨਾਮ ਜਪਦਾ ਹੈ ਤੇ ਮੈਂ ਇਸਦੇ ਹਿਰਦੇ ਵਿੱਚ ਬੈਠਾ ਹਾਂ। ਇਸਦੇ ਹਿਰਦੇ ਵਿੱਚ ਬੈਠੇ ਨਰਕ ਵਿੱਚ ਮੈਨੂੰ ਗਰਮੀ ਲੱਗੀ ਤੇ ਮੈਨੂੰ ਆਪਣੇ ਸੁੱਖ ਵਾਸਤੇ ਬਾਰਿਸ਼ ਕਰਨੀ ਪਈ। ਧਰਮ ਰਾਏ ਨੇ ਉਸੇ ਵਕਤ ਆਪਣੇ ਜਮਦੂਤਾਂ ਨੂੰ ਹੁਕਮ ਕੀਤਾ ਕਿ ਨਾਮ ਜਪਣ ਵਾਲੇ ਪੁਰਸ਼ਾਂ ਦੇ ਕੋਲ ਕਦੀ ਵੀ ਨਾ ਜਾਣਾ। ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹੋ ਨਾ ਤੂੰ ਨਹਿ ਛੁੱਟ ਹੈ ਨਿਕਟ ਨਾ ਜਾਏ ਉਹ ਦੂਤ। ਸਾਈਂ ਦੇ ਦਰੋਂ ਬਖਸ਼ਿਆ ਹੋਇਆ ਫਕੀਰ ਮੁਸ਼ਕਿਲ ਨਾਲ ਮਿਲਦਾ ਹੈ। ਫਰੀਦ ਜੀ ਦਾ ਇਹ ਸਲੋਕ ਪ੍ਰਸਿੱਧ ਹੈ, ਉੱਠ ਫਰੀਦਾ ਗਮਨ ਕਰ ਦੁਨੀਆ ਪਾਲਣ ਜਾ, ਮਤ ਕੋਈ ਬਖਸ਼ਿਆ ਮਿਲ ਪਈ ਤੂੰ ਵੀ ਬਖਸ਼ਿਆ ਜਾ। ਬਖਸ਼ੇ ਹੋਏ ਦੀ ਇਹ ਪਛਾਣ ਹੁੰਦੀ ਹੈ ਕਿ ਉਹ ਪਾਣੀ ਉੱਪਰ ਪਏ ਫੁੱਲ ਵਾਂਗੂ ਸੰਸਾਰ ਵਿੱਚ ਤਰਦਾ ਹੈ, ਮਾਇਆ ਦੇ ਮੋਹ ਜਾਂ ਆਪਣੀ ਪ੍ਰਸ਼ੰਸਾ ਦੇ ਹੰਕਾਰ ਵਿੱਚ ਡੁੱਬਦਾ ਨਹੀਂ। ਇਹ ਮਹਾਂਪੁਰਸ਼ ਹੈ ਜਿਹੜਾ ਨਾਮ ਜਪੇ ਉਹ ਮਹਾਂਪੁਰਸ਼ ਹੁੰਦਾ ਹੈ। ਕਦੇ ਜੇ ਬਾਣੀ ਦੀ ਕਿਸੇ ਤੁੱਕ ਵਿੱਚ ਮਨ ਅਟਕ ਜਾਵੇ ਤਾਂ ਉਹ ਤੁੱਕ ਲਗਾਤਾਰ ਪੜ੍ਹੀ ਜਾਣੀ ਵੀ ਵਾਹਿਗੁਰੂ ਦੇ ਨਾਮ ਦੇ ਬਰਾਬਰ ਹੈ, ਉਸੇ ਦਾ ਜਾਪ ਹੈ। ਵਾਹਿਗੁਰੂ ਅਨੰਤ ਹੈ ਤੇ ਇਸ ਵਾਸਤੇ ਉਸ ਦਾ ਕੇਂਦਰ ਹਰ ਜਗ੍ਹਾ ਹੈ। ਅਨੰਤ ਦਾ ਕੇਂਦਰ ਹਰ ਥਾਂ ਹੋਣਾ ਹੋਇਆ ਉਸਦਾ ਕੇਂਦਰ ਸਾਡੇ ਹਿਰਦੇ ਵਿੱਚ ਵੀ ਹੈ। ਵਾਹਿਗੁਰੂ ਦੇ ਨਾਮ ਸਿਮਰਨ ਨਾਲ ਸਾਨੂੰ ਆਪਣੇ ਅੰਦਰ ਉਸਦੀ ਪ੍ਰਤੀਤੀ ਹੋ ਆਉਂਦੀ ਹੈ ਤੇ ਫਿਰ ਅਸੀਂ ਇੱਕ ਸਾਰਤਾ ਵਿੱਚ ਅਡੋਲ ਜੀਵਨ ਜਿਉਣ ਲੱਗ ਪੈਂਦੇ ਹਾਂ। ਬਗੈਰ ਇਸ ਕੇਂਦਰ ਦੀ ਪ੍ਰਤੀਤੀ ਦੇ ਸਾਰੇ ਕੇਂਦਰਹੀਨ ਹੀ ਹਨ। ਕਾਲ ਦੇਸ਼ ਤੇ ਨਿਮਿਤ ਦੀ ਵਿੱਥ ਵਿੱਚ ਪਈ ਹੋਈ ਹੈ। ਗੁਰਮਤਿ ਅਨੁਸਾਰ ਸਿਮਰਨ ਨਾਲ ਅਸੀਂ ਕਾਲ ਧਿਆਨ ਨਾਲ ਸਪੇਸ ਭਾਵ ਦੇਸ਼ ਤੇ ਵਾਹਿਗੁਰੂ ਨੂੰ ਕਰਤਾ ਜਾਣ ਕੇ ਤੇ ਉਸ ਦੀ ਰਜ਼ਾ ਵਿੱਚ ਰਹਿ ਕੇ ਨਿਮਿਤ ਨੂੰ ਜਿੱਤਣਾ ਹੈ। ਇਸ ਤਰ੍ਹਾਂ
ਜੀਵ ਸੱਚ ਦੇ ਕੋਲ ਪੁੱਜ ਸਕਦਾ ਹੈ। ਇੱਥੋਂ ਸਾਨੂੰ ਸੱਚ ਆਪਣੇ ਵਿੱਚ ਖਿੱਚ ਕੇ ਅਭੇਦ ਕਰ ਲੈਂਦਾ ਹੈ। ਇਹ ਉਸ ਦਾ ਬਿਰਧ ਹੈ, ਇਹ ਉਸ ਦੀ ਬਖਸ਼ਿਸ਼ ਹੈ।